ਦੋਸਤੋ, ਅੱਜ 20 ਦਸੰਬਰ ਹੈ ਔਰ ਅੱਜ ਹੈ ਇੰਟਰਨੈਸ਼ਨਲ ਹਿਊਮਨ ਸੋਲੀਡੈਰਿਟੀ ਡੇ, ਯਾਨੀ ਕਿ ਅੰਤਰਰਾਸ਼ਟਰੀ ਮਾਨਵ ਏਕਤਾ ਦਿਵਸ। ਔਰ ਇਸ ਦਿਨ ਨੂੰ ਮਨਾਉਣ ਦਾ ਮਕਸਦ ਹੈ ਯੂਨਿਟੀ ਇਨ ਡਾਇਵਰਸਿਟੀ ਨੂੰ ਸੈਲੀਬ੍ਰੇਟ ਕਰਨਾ, ਭਾਵ ਕਿ ਅਨੇਕਤਾ ਦੇ ਵਿੱਚ ਏਕਤਾ ਨੂੰ ਲੈ ਕੇ ਆਉਂਦੇ ਹੋਏ ਉਸ ਦਾ ਜਸ਼ਨ ਮਨਾਉਣਾ, ਉਸ ਨੂੰ ਸੈਲੀਬ੍ਰੇਟ ਕਰਨਾ। ਅਸੀਂ ਦੇਖਦੇ ਹਾਂ ਕਿ ਹਰ ਦੇਸ਼ ਦਾ ਜਿਹੜਾ ਸੱਭਿਆਚਾਰ ਹੈ, ਕਲਚਰ ਹੈ, ਉਹ ਵੱਖਰਾ ਹੈ ਔਰ ਇਹੀ ਨਹੀਂ, ਉੱਥੋਂ ਦੇ ਲੋਕਾਂ ਦਾ ਰਹਿਣ ਸਹਿਣ ਵੀ ਵੱਖਰਾ ਹੈ। ਸੋ ਇਸੇ ਰਹਿਣ ਸਹਿਣ ਨੂੰ, ਇਸੇ ਸੱਭਿਆਚਾਰ ਨੂੰ ਏਕਤਾ ਦਾ ਰੂਪ ਦਿੰਦੇ ਹੋਏ ਉਸਨੂੰ ਸੈਲੀਬ੍ਰੇਟ ਕਰਨਾ, ਇੱਕ ਦੂਜੇ ਦੇ ਨਾਲ ਪਿਆਰ ਅਤੇ ਸਦਭਾਵਨਾ ਦੇ ਨਾਲ ਰਹਿਣਾ ਹੀ ਇੰਟਰਨੈਸ਼ਨਲ ਹਿਊਮਨ ਸੋਲੀਡੈਰਿਟੀ ਡੇ ਮਨਾਉਣ ਦਾ ਮੁੱਖ ਮੰਤਵ ਹੈ। ਹਿਊਮਨ ਸੋਲੀਡੈਰਿਟੀ ਯਾਨੀ ਕਿ ਮਾਨਵ ਏਕਤਾ ਤੋਂ ਭਾਵ ਹੈ ਕਿ ਵੱਖ ਵੱਖ ਕੁਨਬਿਆਂ, ਜਾਤਾਂ, ਰੁਤਬਿਆਂ ਦੇ ਨਾਲ ਜਿਹੜੇ ਲੋਕ ਸੰਬੰਧ ਰੱਖਦੇ ਹਨ, ਉਹ ਆਪਸ ਦੇ ਵਿੱਚ ਸਹਿਮਤੀ ਰੱਖਦੇ ਹੋਏ ਸ਼ਾਂਤੀਪੂਰਵਕ ਤਰੀਕੇ ਦੇ ਨਾਲ ਇੱਕ ਦੂਜੇ ਦਾ ਸਾਥ ਦੇਣ ਅਤੇ ਸੰਸਾਰ ਦੇ ਵਿੱਚ ਏਕਤਾ ਨੂੰ ਪ੍ਰਮੋਟ ਕਰਨ। ਸੋ ਆਓ ਫਿਰ ਇਸ ਇੰਟਰਨੈਸ਼ਨਲ ਹਿਊਮਨ ਸੋਲੀਡੈਰਿਟੀ ਡੇ ਦੇ ਉੱਪਰ ਅਸੀਂ ਇੱਕ ਦੂਜੇ ਨੂੰ ਮਾਨਸਿਕ ਤੌਰ ਦੇ ਉੱਪਰ, ਮਾਲੀ ਤੌਰ ਦੇ ਉੱਪਰ ਔਰ ਹਰ ਤਰ੍ਹਾਂ ਦੀ ਜਿਹੋ ਜਿਹੀ ਵੀ ਸਹਾਇਤਾ ਅਸੀਂ ਦੇ ਸਕਦੇ ਹਾਂ ਇੱਕ ਦੂਜੇ ਨੂੰ ਸਹਾਇਕ ਹੁੰਦੇ ਹੋਏ, ਸਹਾਇਤਾ ਦਿੰਦੇ ਹੋਏ ਇਸ ਸੰਸਾਰ ਨੂੰ ਇੱਕ ਖੂਬਸੂਰਤ ਜਗ੍ਹਾ ਬਣਾਈਏ ਤੇ ਆਪਸੀ ਪਿਆਰ ਨੂੰ, ਆਪਸੀ ਭਰਾਤਰੀ ਭਾਵ ਤੇ ਆਪਸੀ ਸਦਭਾਵਨਾ ਨੂੰ ਬਣਾ ਕੇ ਰੱਖੀਏ। ਉਮੀਦ ਹੈ ਤੁਹਾਨੂੰ ਸਾਡਾ ਅੱਜ ਦਾ ਐਪੀਸੋਡ ਜ਼ਰੂਰ ਪਸੰਦ ਆਇਆ ਹੋਵੇਗਾ। ਫਿਲਹਾਲ ਦੇ ਲਈ ਮੈਨੂੰ ਜਸਪ੍ਰੀਤ ਨੂੰ ਦਿਓ ਇਜਾਜ਼ਤ, ਪਰ ਤੁਸੀਂ ਬਣੇ ਰਹੋ ਸੇਮ ਸੋਲਜਰ ਟਾਈਮਸ ਨਾਲ ਫੇਸਬੁੱਕ ਅਤੇ ਯੂਟਿਊਬ ਉੱਤੇ।